ਹੈਲੋ ਜੀ ਸਾਰਿਆਂ ਨੂੰ ਜੀ, ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬੁਟੀਕ ਸੈਂਟਰ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਅੱਜ ਤੁਹਾਡੇ ਨਾਲ ਬਹੁਤ ਹੀ ਯੂਨੀਕ ਜਿਹਾ ਜਿਹੜਾ ਹੈਗਾ ਡਿਜ਼ਾਇਨ ਸ਼ੇਅਰ ਕਰਦੇ ਹਾਂ, ਜਿਹੜਾ ਆਪਾਂ ਲੈਸਾਂ ਅਤੇ ਪਿੰਟੈਕਸ ਪਾ ਕੇ ਬਣਾਇਆ। ਇਹ ਕੋਟਨ ਦਾ ਸੂਟ ਹੈਗਾ ਆ, ਤੁਸੀਂ ਜਿੱਦਾਂ ਮਰਜ਼ੀ ਆਪਣੇ ਸਿੰਪਲ ਜਿਹੇ ਸੂਟਾਂ ਨੂੰ ਜਿਹੜਾ ਹੈਗਾ ਡਿਜ਼ਾਇਨ ਕਰ ਸਕਦੇ ਹੋ। ਦੇਖੋ ਪਾਕਿਸਤਾਨੀ ਆਪਾਂ ਨੇ ਬਾਜੂ ਰੱਖੀ ਹੈ, ਘੇਰੇ ਦਾ ਡਿਜ਼ਾਇਨ ਕਰਿਆ ਹੈ, ਜਿੱਦਾਂ ਮਰਜ਼ੀ ਜਿਹੜਾ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾਵਾਂਗੇ। ਤੁਸੀਂ ਆਪਦੇ ਸੂਟ ਤਿਆਰ ਕਰਕੇ ਘਰ ਦੇ ਵਿੱਚ ਹੀ ਪਾ ਸਕਦੇ ਹੋ। ਵੀਡੀਓ ਨੂੰ ਸਾਰੀ ਨੂੰ ਜ਼ਰੂਰ ਦੇਖਿਓ ਜੀ। ਲਓ ਜੀ, ਆਪਾਂ ਨੇ ਇਹ ਵਾਲੀਆਂ ਲੈਸਾਂ ਲੈ ਲਈਆਂ, ਤਿੰਨ ਲੈਸਾਂ ਲੈਤੀਆਂ ਨੇ ਮੈਂ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਮੂਹਰੋਂ ਬਾਂਹ 'ਤੇ ਲੈਸ ਲਾਉਣੀ ਦੱਸਦੇ ਹਾਂ, ਜਿੰਨੀ ਆਪਾਂ ਨੇ ਮੋੜਨੀ ਹੈ ਬਾਂਹ। ਆਹ ਦੇਖੋ ਮੈਂ ਨਿਸ਼ਾਨ ਲਾ ਲਿਆ ਦੋਨੇ ਬਾਹਾਂ 'ਤੇ, ਦੋਨੇ ਬਾਹਾਂ ਪਈਆਂ ਨੇ। ਆਹ ਦੇਖੋ, ਪਹਿਲਾਂ ਆਪਾਂ ਸਕੇਲ ਦੀ ਮਦਦ ਨਾਲ ਜਿਹੜਾ ਹੈਗਾ ਸਿੱਧਾ ਲਾਈਨ ਮਾਰ ਲਾਂਗੇ। ਹੁਣ ਆਪਾਂ ਪਹਿਲੀ 'ਚ ਜਿਹੜੀ ਹੈਗੀ ਇਹ ਵਾਲੀ ਲੈਸ ਦੇਖੋ ਲਾਉਣੀ ਹੈ ਆਪਾਂ ਨੇ। ਇਹ ਕਿੱਦਾਂ ਲਾਉਣੀ ਹੈ ਜੀ, ਦੇਖੋ ਲੈਸ ਦਾ ਪੁੱਠਾ ਪਾਸਾ ਧਰਨਾ, ਕਮੀਜ਼ ਦਾ ਬਾਂਹ ਦਾ ਜਿਹੜਾ ਹੈਗਾ ਸਿੱਧਾ ਪਾਸਾ ਧਰਨਾ। ਇਹ ਉੱਪਰ ਨੂੰ ਜਿਹੜੀ ਹੈਗੀ ਇਹਦੀ ਕੋਰ ਹੈ, ਉੱਪਰ ਨੂੰ ਕਰਕੇ ਲਾਵਾਂਗੇ, ਫਿਰ ਪਲਟ ਕੇ ਨੇ ਇਸ ਤਰ੍ਹਾਂ ਹੋ ਜਾਣਾ ਹੈ। ਦੇਖੋ ਧਿਆਨ ਨਾਲ ਜਿਹੜਾ ਹੈਗਾ ਸਾਰਾ ਤੁਹਾਨੂੰ ਸਮਝਾਵਾਂਗੇ। ਦੇਖੋ ਲੈਸ ਆਪਾਂ ਨੇ ਪੁੱਠੀ ਰੱਖੀ ਹੈ ਜੀ, ਕਮੀਜ਼ ਦੀ ਬਾਂਹ ਜਿਹੜੀ ਹੈਗੀ ਆਪਾਂ ਨੇ ਸਿੱਧੀ ਰੱਖੀ ਹੈ। ਇਹਦੇ ਉੱਤੇ ਜਿਹੜੀ ਹੈਗੀ ਸਿੰਗਲ ਸਿਲਾਈ ਲਾ ਦਾਂਗੇ। ਆਹ ਦੇਖੋ ਇਹਨੂੰ ਤੁਸੀਂ ਪਾਈਪਿੰਗ ਦੀ ਤਰ੍ਹਾਂ ਵੀ ਲਾ ਸਕਦੇ ਹੋ। ਆਹ ਦੇਖੋ ਪਲਟ ਕੇ ਨੇ ਇਸ ਤਰ੍ਹਾਂ ਹੋ ਜਾਣਾ, ਜਿੱਦਾਂ ਮਰਜ਼ੀ ਇਹਨੂੰ ਬਾਅਦ 'ਚੋਂ ਆਪਾਂ ਉਤਾਰ ਵੀ ਸਕਦੇ ਹਾਂ ਨਾ, ਕਈ ਵਾਰੀ ਉਤਾਰਨੀ ਪੈ ਜੇ ਫਿਰ ਬਾਂਹ ਧੇੜਨ ਦੀ ਲੋੜ ਨਹੀਂ ਹੈਗੀ, ਇਸ ਤਰ੍ਹਾਂ ਹੀ ਜਿਹੜੀ ਹੈਗੀ ਉੱਧੜ ਜਾਂਦੀ ਹੈ। ਦੇਖੋ ਜਿੰਨੀ ਆਪਣੀ ਲੱਗ ਗਈ ਲੱਗ ਗਈ, ਆਪਾਂ ਉੱਥੋਂ ਕਟਿੰਗ ਕਰ ਦਾਂਗੇ ਲੈਸ। ਹੁਣ ਆਪਾਂ ਦੂਸਰੀ ਬਾਂਹ 'ਤੇ ਵੀ ਇੱਦਾਂ ਹੀ ਲਾ ਲਾਂਗੇ ਜੀ। ਬਹੁਤ ਹੀ ਸੋਹਣਾ ਲੱਗਦਾ ਇਹ ਵਾਲਾ ਡਿਜ਼ਾਇਨ ਬਣਿਆ ਹੋਇਆ, ਕਾਫੀ ਸੂਟ ਅਸੀਂ ਬਣਾ ਚੁੱਕੇ ਹਾਂ ਅਤੇ ਬਹੁਤ ਭੈਣਾਂ ਦੇ ਕਮੈਂਟ ਆਏ ਕਿ ਪੂਰੀ ਵੀਡੀਓ ਦਿਓ, ਅਤੇ ਹੁਣ ਆਪਾਂ ਜਿਹੜੀ ਹੈਗੀ ਤੁਹਾਡੇ ਨਾਲ ਪੂਰੀ ਵੀਡੀਓ ਸ਼ੇਅਰ ਕਰਾਂਗੇ ਸਾਰੀ। ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ, ਤਾਂ ਕਿ ਹੋਰ ਭੈਣਾਂ ਨੂੰ ਵੀ ਮਦਦ ਮਿਲ ਸਕੇ ਹੈ ਨਾ। ਇਹ ਵਾਲੀਆਂ ਵੀਡੀਓ ਦੇਖ ਕੇ ਜਿਹੜੀਆਂ ਭੈਣਾਂ ਘਰ ਸਿਲਾਈ ਕਰਦੀਆਂ ਨੇ। ਆਹ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪਲਟ ਦਾਂਗੇ, ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਸਿੱਧਾ ਪਾਸਾ ਆ ਜਾਣਾ ਜੀ। ਫਿਰ ਇਹਨੂੰ ਇਸ ਤਰ੍ਹਾਂ ਆਪਾਂ ਮੋੜ ਕੇ ਫੋਲਡ ਕਰਕੇ ਤਰਪਾਈ, ਜਿਵੇਂ ਮਰਜ਼ੀ ਤੁਸੀਂ ਤਰਪਾਈ ਕਰ ਸਕਦੇ ਹੋ। ਹੁਣ ਆਪਾਂ ਜਿੱਥੋਂ ਲੈਸ ਲਾਈ ਹੈ ਉੱਥੋਂ 3-3 ਇੰਚ ਦਾ ਨਿਸ਼ਾਨ ਲਾ ਲਾਂਗੇ। ਦੇਖੋ ਜਿਹੜੀ ਆਪਾਂ ਨੇ ਜੁਆਇੰਟ ਲੈਸ ਪਾਉਣੀ ਹੈ ਨਾ, ਕਟਿੰਗ ਕਰਕੇ ਪਾਉਣੀ ਹੈ, ਅਤੇ ਇੱਥੋਂ ਆਪਾਂ ਸਕੇਲ ਦੀ ਮਦਦ ਨਾਲ ਫਿਰ ਲਾਈਨ ਮਾਰ ਲਾਂਗੇ। ਲਾਈਨ ਮਾਰ ਕੇ ਜਿਹੜਾ ਹੈਗਾ ਫਿਰ ਇਹ ਵਾਲੀ ਲੈਸ ਪਾਉਣੀ ਹੈ। ਦੇਖੋ ਇੱਥੋਂ ਕਟਿੰਗ ਕਰ ਦਾਂਗੇ ਆਪਾਂ, ਕਟਿੰਗ ਕਰਕੇ ਅਲੱਗ ਅਲੱਗ ਕਰ ਲਾਂਗੇ ਜੀ। ਦੇਖੋ ਹੁਣ ਫਿਰ ਆਪਾਂ ਨੇ ਕੀ ਕਰਨਾ ਹੈ, ਲੈਸ ਦਾ ਪੁੱਠਾ ਪਾਸਾ, ਕਮੀਜ਼ ਦਾ ਸਿੱਧਾ ਪਾਸਾ। ਆਹ ਦੇਖੋ ਇਸ ਤਰ੍ਹਾਂ ਧਰ ਕੇ ਆਪਾਂ ਸਿਲਾਈ ਲਾਵਾਂਗੇ। ਬਾਂਹ ਥੋੜ੍ਹੀ ਜਿਹੀ ਬਦਮੀ ਰੱਖਣੀ ਹੈ ਤੁਸੀਂ, ਬਾਂਹ ਵਾਲਾ ਕੱਪੜਾ ਥੋੜ੍ਹਾ ਜਿਹਾ ਬਦਮਾ ਰੱਖਣਾ ਜਦੋਂ ਬਾਂਹ ਦੀ ਕਟਿੰਗ ਕਰਨੀ ਹੈ ਜੀ। ਉਹ ਵੀ ਮੈਂ ਦੱਸਣਾ ਚਾਹੂੰਗੀ, ਜਿੱਦਾਂ ਆਪਾਂ 2.5 ਇੰਚ ਵੱਧ ਲੈਂਦੇ ਹਾਂ, ਤੁਸੀਂ 1 ਇੰਚ ਹੋਰ ਮਾਰਜਨ ਰੱਖ ਸਕਦੇ ਹੋ, ਕਿਉਂਕਿ ਇਹਦੇ 'ਤੇ ਆਪਾਂ ਨੇ ਪਿੰਟੈਕਸ ਵੀ ਪਾਉਣੇ ਆ ਅਤੇ ਬਾਕੀ ਕਟਿੰਗ ਵਗੈਰਾ 'ਚ ਨਿਕਲ ਜਾਂਦਾ ਆ ਹੈ ਨਾ ਕੱਪੜਾ। 1 ਇੰਚ ਤੁਸੀਂ ਜਿੰਨੀ ਲੰਬਾਈ ਲੈਂਦੇ ਹੋ ਉਹਦੇ ਨਾਲੋਂ ਵੀ 1 ਇੰਚ ਜਿਹੜਾ ਹੈਗਾ ਐਕਸਟਰਾ ਕੱਪੜਾ ਰੱਖ ਲਓ, ਮਤਲਬ ਕਿ 1.5-3 ਇੰਚ ਵੱਧ ਰੱਖ ਸਕਦੇ ਹੋ। ਦੇਖੋ ਪਲਟ ਕੇ ਇਸ ਤਰ੍ਹਾਂ ਹੋ ਜਾਣੀ ਹੈ, ਬਹੁਤ ਸੋਹਣੀ ਲੱਗਦੀ ਹੈ ਜਾਲੀਦਾਰ ਲੈਸ ਪਈ ਹੋਈ, ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਇਨ ਬਣਦਾ।
ਹੁਣ ਆਪਾਂ ਜਿਹੜਾ ਕਟਿੰਗ ਕਰਿਆ ਪੱਲਾ ਉਹਦੇ ਨਾਲ ਵੀ ਇਸ ਤਰ੍ਹਾਂ ਜੋੜ ਲਾਂਗੇ ਧਰ ਕੇ। ਬਹੁਤ ਹੀ ਸੌਖਾ ਤਰੀਕੇ ਨਾਲ ਜਿਹੜੀ ਹੈਗੀ ਇਹ ਲੈਸ ਲੱਗ ਜਾਂਦੀ ਹੈ। ਬਣੇ ਹੋਏ ਸੂਟ ਬਹੁਤ ਸੋਹਣੇ ਲੱਗਦੇ ਆ। ਕਈ ਵਾਰੀ ਇੱਦਾਂ ਹੁੰਦਾ ਵੀ ਕਿੱਦਾਂ ਬਣਿਆ ਹੋਇਆ, ਜਿਹੜੀਆਂ ਮੇਰੇ ਭੈਣਾਂ ਸਿਲਾਈ ਕਰਨ ਜਾਣਦੀਆਂ ਨੇ ਉਹ ਆਰਾਮ ਨਾਲ ਇਹ ਲਾ ਸਕਦੀਆਂ ਨੇ ਲੈਸ ਲਾ ਕੇ। ਅਸੀਂ ਐਵੇਂ ਦੇ ਕਾਫੀ ਸੂਟ ਜਿਹੜੇ ਹੈਗੇ ਤਿਆਰ ਕਰ ਚੁੱਕੇ ਹਾਂ। ਜਿੱਦਾਂ ਹੁਣ ਕੋਟਨ ਦੇ ਸੂਟਾਂ ਦੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਡਿਜ਼ਾਇਨ ਬਣੇ ਹੋਏ। ਦੇਖੋ ਨੀਚੇ ਵਾਲਾ ਆਪਾਂ ਇਸ ਤਰ੍ਹਾਂ ਪਲਟ ਦਾਂਗੇ, ਇਹਨੂੰ ਸਿਉਣਾ ਨੂੰ ਆਪਾਂ ਦੱਬ ਵੀ ਲਵਾਂਗੇ। ਉੱਪਰ ਜਿਹੜਾ ਹੈਗਾ ਤੁਸੀਂ ਸਿਉਣ ਦੱਬ ਦਿਓ, ਇੱਕ ਵਾਰੀ ਸਿਉਣ ਲਾ ਦਾਂਗੇ ਸਾਰੇ ਲੈਸਾਂ ਦੇ ਆਲੇ ਦੁਆਲੇ। ਦੇਖੋ ਜਿਹੜਾ ਫੋਲਡ ਕਰਨਾ ਹੈ ਉਹ ਤਾਂ ਚਲੋ ਬਾਅਦ 'ਚੋਂ ਵੀ ਹੋਜੂ, ਫਿਰ ਲੈਸ ਜਿਹੜੀ ਹੈਗੀ ਉੱਪਰ ਨੂੰ ਉੱਠਦੀ ਨਹੀਂ ਹੈਗੀ ਜੀ। ਇੱਕ ਵਾਰੀ ਦੇਖੋ ਇਹ ਵਾਲੀ ਲੈਸ ਵੀ ਦੱਬਾਂਗੇ ਆਪਾਂ। ਦੇਖੋ ਕੱਪੜਾ ਇੱਧਰ ਹੋਣਾ ਚਾਹੀਦਾ ਲੈਸ ਤੋਂ ਦੂਜੀ ਸਾਈਡ, ਕਿਉਂਕਿ ਲੈਸ ਜਿਹੜੀ ਜਾਲੀਦਾਰ ਲੈਸ ਲਾਉਣੀ ਇਹਦੇ ਵਿੱਚ ਦੀ ਕੱਪੜਾ ਨਹੀਂ ਦਿਖਣਾ ਚਾਹੀਦਾ, ਤਾਂ ਕਰਕੇ ਆਪਾਂ ਦੱਬ ਰਹੇ ਹਾਂ ਦੂਜੇ ਪਾਸੇ ਨੂੰ ਕਰਕੇ। ਉੱਥੋਂ ਹੀ ਆਪਾਂ ਮਸ਼ੀਨ ਮੋੜ ਕੇ ਇੱਧਰ ਵੀ ਦੱਬ ਲਾਂਗੇ। ਸਾਰੀ ਮੈਂ ਸਿਉਣ ਦੱਬ ਦਾਂਗੀ। ਦੇਖੋ ਜੀ ਸਾਰੀ ਆਪਣੀ ਦੋਏ ਲੈਸਾਂ ਲੱਗ ਕੇ ਜਿਹੜੀ ਹੈਗੀ ਤਿਆਰ ਹੋ ਗਈ। ਹੁਣ ਆਪਾਂ ਇਹ ਜਿਹੜਾ ਨੀਚੇ ਫੋਲਡ ਕਰਨਾ ਕੱਪੜਾ ਤਰਪਾਈ ਕਰਨੀ ਹੈ ਨਾ, ਇਹਨੂੰ ਵੀ ਆਪਾਂ ਸਿਉਣ ਲਾ ਦਾਂਗੇ, ਸਿਉਣ ਲਾ ਦਾਂਗੇ ਇਹਨੂੰ। ਹੁਣ ਆਪਾਂ ਇਹ ਜਿਹੜੀ ਆਪਾਂ ਨੇ ਚੌੜੀ ਵਾਲੀ ਲੈਸ ਲਾਈ ਹੈ ਇਹਦੇ ਇੱਕ ਇੱਕ ਇੰਚ ਦੋਨੇ ਪਾਸੇ ਇੱਕ ਇੱਕ ਇੰਚ ਦੇ ਨਿਸ਼ਾਨ ਲਾ ਲਾਂਗੇ। ਆਹ ਦੇਖੋ ਜਿਹੜੇ ਆਪਾਂ ਨੇ ਪਿੰਟੈਕਸ ਪਾਉਣੇ ਆ ਹੈ ਨਾ, ਦੋਨੇ ਪਾਸੇ ਇਹਦੇ ਆਪਾਂ ਨੇ ਇੱਕ ਇੱਕ ਇੰਚ ਦਾ ਨਿਸ਼ਾਨ ਲਾ ਕੇ ਹੁਣ ਆਪਾਂ ਸਕੇਲ ਦੇ ਨਾਲ ਲਾਈਨ ਮਾਰ ਲਾਂਗੇ ਦੋਨੇ ਪਾਸੇ, ਤਾਂ ਕਿ ਮਾੜਾ ਮੋਟਾ ਜਿਹੜਾ ਹੈਗਾ ਵਿੰਗਾ ਨਾ ਹੋਵੇ ਪਿੰਟੈਕਸ, ਸਿਲਾਈ ਉਹ ਮਾਰਨੀ ਹੈ। ਆਹ ਦੇਖੋ ਹੁਣ ਆਪਾਂ ਇਹਨੂੰ ਸਿਲਾਈ ਤੋਂ ਹੀ ਫੜ ਕੇ ਇਸ ਤਰ੍ਹਾਂ ਥੋੜ੍ਹਾ ਜਿਹਾ ਕਰੀਜ ਲਾਈਨ ਬਣਾ ਲਾਂਗੇ। ਚਾਹੇ ਤੁਸੀਂ ਪ੍ਰੈੱਸ ਵੀ ਕਰ ਸਕਦੇ ਹੋ, ਪ੍ਰੈੱਸ ਦੀ ਮਦਦ ਨਾਲ ਵੀ ਤੁਸੀਂ ਪਾ ਸਕਦੇ ਹੋ। ਦੇਖੋ ਬਰੀਕ ਬਰੀਕ ਜਿਹੜੀ ਹੈਗੀ ਸਿਲਾਈ ਮਾਰਦੇ ਜਾਵਾਂਗੇ ਸਾਰੇ, ਕਿਉਂਕਿ ਪਿੰਟੈਕਸ ਪਾਏ ਹੋਏ ਬੜੇ ਸੋਹਣੇ ਲੱਗਦੇ ਆ ਲੈਸਾਂ ਦੇ ਨਾਲ, ਬਹੁਤ ਜ਼ਿਆਦਾ ਸੋਹਣੇ ਲੱਗਦੇ ਆ। ਜਿੱਦਾਂ ਸਲਵਾਰ ਦੀ ਮੂਰੀ 'ਤੇ ਵੀ ਤੁਸੀਂ ਇੱਦਾਂ ਡਿਜ਼ਾਇਨ ਕਰ ਸਕਦੇ ਹੋ ਹੈ ਨਾ, ਅਤੇ ਘੇਰੇ 'ਤੇ ਔਰ ਸੂਟ 'ਤੇ। ਤੁਹਾਨੂੰ ਸਾਰਾ ਜਿਹੜਾ ਹੈਗਾ ਕਮੀਜ਼ ਤਿਆਰ ਹੋਇਆ ਹੋਇਆ ਵੀ ਦਿਖਾਵਾਂਗੇ। ਕਮੀਜ਼ ਦੀ ਜਿਹੜੀ ਹੈਗੀ ਇੱਕ ਇੰਚ ਲੈਂਥ ਜ਼ਿਆਦਾ ਲੈ ਲਓ ਜੀ, ਜੇ ਤੁਸੀਂ ਜਿੱਦਾਂ ਲੈਂਥ ਕੱਟਦੇ ਹੋ ਹੈ ਨਾ ਇੱਕ ਇੰਚ ਜ਼ਿਆਦਾ ਲੈ ਸਕਦੇ ਹੋ। ਜੇ ਚਾਰ ਪਿੰਟੈਕਸ ਪੈਣੇ ਆ ਕਮੀਜ਼ ਦੇ ਵਿੱਚ, ਜੇ ਦੋ ਪੈਣੇ ਆ ਤਾਂ ਅੱਧਾ ਇੰਚ ਲੈ ਲਓ, ਕਿਉਂਕਿ ਜੇ ਪੂਰਾ ਕੱਪੜਾ ਰੱਖ ਲਓਗੇ ਤਾਂ ਪਿੰਟੈਕਸ ਪੈ ਕੇ ਕੱਪੜਾ ਘੱਟ ਵੀ ਜਾਂਦਾ ਜੀ। ਦੇਖੋ ਹੁਣ ਆਪਾਂ ਨੀਚੋਂ ਮਿਲ ਲਾਂਗੇ, ਤਿੰਨ ਇੰਚ ਆਪਣਾ ਹੈਗਾ ਆ ਲੈਸ ਅਤੇ ਲੈਸ ਦਾ ਫਰਕ। ਹੁਣ ਆਪਾਂ ਉੱਪਰ ਵੀ ਓਨਾ ਹੀ ਫਰਕ ਅਤੇ ਨਿਸ਼ਾਨ ਲਾ ਲਾਂਗੇ ਤਿੰਨ ਇੰਚ 'ਤੇ। ਹੁਣ ਆਪਾਂ ਉੱਪਰ ਇਹ ਵਾਲੀ ਲੇਸ ਲਾਵਾਂਗੇ, ਆ ਦੇਖੋ ਨਿਸ਼ਾਨ ਲਾ ਲਾਂਗੇ ਤਿੰਨ ਤਿੰਨ ਇੰਚ 'ਤੇ। ਫਿਰ ਹੁਣ ਆਪਾਂ ਇਹ ਵੀ ਲੈਸ ਦਾ ਜਿਹੜਾ ਹੈਗਾ ਮੂੰਹ ਉੱਪਰ ਨੂੰ ਕਰਕੇ ਲਾਵਾਂਗੇ ਸਿੱਧੇ ਪਾਸੇ। ਆ ਦੇਖੋ ਲੈਸ ਦਾ ਪੁੱਠਾ ਪਾਸਾ ਰੱਖਿਆ ਮੈਂ, ਜਿੱਦਾਂ ਕਿ ਦੂਸਰੀਆਂ ਲੈਸਾਂ ਦਾ ਰੱਖਿਆ ਸੀ। ਇਹ ਦੇਖਿਓ ਵੀ ਇਸ ਨੂੰ ਵੀ ਆਪਾਂ ਕਿਸ ਤਰ੍ਹਾਂ ਪਲਟ ਕੇ ਜਿਹੜਾ ਹੈਗਾ ਤਿਆਰ ਕਰਾਂਗੇ। ਇਹ ਦੇਖੋ ਇਹਦੀ ਵੀ ਜਿਹੜੇ ਹੈਗੀ ਇਕੱਲੀ ਕਿੰਗਰੀ ਹੀ ਦਿਖੋਗੀ ਲੈਸ ਦੀ। ਆਹ ਦੇਖੋ ਆਪਾਂ ਪਲਟ ਕੇ ਉੱਪਰ ਫਿਰ ਜਿਹੜੀ ਹੈਗੀ ਇੱਕ ਸਿਲਾਈ ਲਾ ਦਾਂਗੇ, ਸਿਲਾਈ ਲਾ ਕੇ ਫਿਰ ਜਿਹੜਾ ਹੈਗਾ ਇਹਨੇ ਲੈਸ ਨੇ ਥੋੜ੍ਹੀ ਜਿਹੀ ਉਹ ਦਿਖਣਾ, ਉਹ ਵੀ ਇਕੱਲੀ ਕਿੰਗਰੀ ਜੀ ਦਿਖੀ ਦਿਖੂਗੀ ਸਿੱਧਾ ਹੋ ਕੇ, ਨਾਲੇ ਜਿਹੜੀ ਹੈਗੀ ਮੁੜਦੀ ਨਹੀਂ ਹੈਗੀ। ਦੇਖੋ ਕਿੰਨਾ ਸੋਹਣਾ ਡਿਜ਼ਾਇਨ ਬਣ ਕੇ ਤਿਆਰ ਹੋਇਆ, ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ।
ਦੇਖੋ ਜੀ ਹੁਣ ਆਪਾਂ ਘੇਰੇ ਦਾ ਵੀ ਇਸ ਤਰ੍ਹਾਂ ਹੀ ਬਣਾਉਣੇ ਆ, ਘੇਰੇ ਦਾ ਥੋੜ੍ਹਾ ਜਿਹਾ ਫਰਕ ਰੱਖਾਂਗੇ ਕਿਉਂਕਿ ਥੋੜ੍ਹੇ ਜਿਹੇ ਜਿਹੜੇ ਹਿਸਾਬ ਨਾਲ ਘੇਰਾ ਖੁੱਲ੍ਹਾ ਹੈ ਨਾ ਉਸ ਹਿਸਾਬ ਨਾਲ ਲੈਸ ਦਾ ਵੀ ਥੋੜ੍ਹਾ ਜਿਹਾ ਅੱਧਾ ਅੱਧਾ ਇੰਚ ਦਾ ਆਪਾਂ ਵਧਾ ਦਾਂਗੇ। ਹਾਂ ਦੇਖੋ ਨੀਚੇ ਆਪਾਂ ਨੇ ਟੱਕ ਲਾਏ ਨੇ ਉੱਥੋਂ ਵੀ ਸਿੱਧੀ ਲਾਈਨ ਮਾਰ ਲਈ ਸਕੇਲ ਦੀ ਮਦਦ ਨਾਲ। ਹੁਣ ਆਪਾਂ ਇਹ ਵਾਲੀ ਪਹਿਲਾਂ ਲੈਸ ਇਹ ਵਾਲੀ ਲਾਵਾਂਗੇ, ਜਿਵੇਂ ਆਪਾਂ ਬਾਹਾਂ ਦੇ 3 ਇੰਚ ਦੇ ਫਰਕ ਨਾਲ ਲਾਈ ਤੀ ਲੈਸ, ਇਹਦੇ ਆਪਾਂ 3.5 ਜਾਂ 4 ਇੰਚ ਦੇ ਹਿਸਾਬ ਨਾਲ ਲਾ ਲਓ ਜੀ, ਕਿਉਂਕਿ ਥੋੜ੍ਹਾ ਜਿਹਾ ਘੇਰੇ ਦੇ ਹਿਸਾਬ ਨਾਲ ਵਧਾ ਦਾਂਗੇ। ਘੇਰੇ 'ਤੇ ਥੋੜ੍ਹਾ ਜਿਹਾ ਜ਼ਿਆਦਾ ਦੂਰ ਲੱਗ ਜਾਂਦੀ ਹੈ, ਸੋਹਣੀ ਲੱਗਦੀ ਹੈ ਫਿਰ ਲੱਗੀ ਹੋਈ। ਇਹ ਦੇਖੋ ਹੁਣ ਮੈਂ ਇੱਥੇ ਨਿਸ਼ਾਨ ਲਾ ਕੇ ਇਹਨੂੰ ਕਟਿੰਗ ਕਰ ਦੂੰਗੀ, ਇਹਦਾ ਆਪਾਂ 1 ਇੰਚ ਵਧਾ ਸਕਦੇ ਹਾਂ। ਕਟਿੰਗ ਕਰਕੇ ਹੁਣ ਉਸ ਤਰ੍ਹਾਂ ਹੀ ਆਪਾਂ ਜਿੱਦਾਂ ਕਿ ਉਹਦੇ ਵਿੱਚ ਪਾਈ ਸੀਗੀ ਲੈਸ ਦਾ ਪੁੱਠਾ ਪਾਸਾ, ਕਮੀਜ਼ ਦਾ ਸਿੱਧਾ ਪਾਸਾ ਇਹਦੇ ਉੱਤੇ ਰੱਖ ਕੇ ਸਿੱਧੀ ਜਿਹੜੀ ਹੈਗੀ ਸਿਲਾਈ ਲਾ ਦਾਂਗੇ। ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ, ਤਾਂ ਕਿ ਸਾਰੀਆਂ ਭੈਣਾਂ ਨੂੰ ਹੈ ਨਾ ਮਦਦ ਮਿਲ ਸਕੇ ਵੀਡੀਓ ਤੋਂ। ਜਿਹੜੇ ਹੈਗੇ ਸਾਡੀਆਂ ਵੀਡੀਓ ਇੱਦਾਂ ਦੀਆਂ ਹੁੰਦੀਆਂ ਨੇ ਕਿ ਤੁਸੀਂ ਸਿੱਖ ਸਕੋ ਕੁਛ, ਦੇਖ ਕੇ ਜਿਹੜਾ ਹੈਗਾ ਆਸਾਨੀ ਨਾਲ ਆਪਣੇ ਘਰ ਸੂਟ ਤੁਸੀਂ ਤਿਆਰ ਕਰ ਸਕੋ। ਜੇਕਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਹਾਂ ਦੇਖੋ ਲੈਸ ਲੱਗ ਗਈ, ਹੁਣ ਆਪਾਂ ਇਹਨੂੰ ਲੈਸ ਨੂੰ ਦੱਬ ਦਾਂਗੇ। ਹਾਂ ਦੇਖੋ ਬਾਹਾਂ ਵੀ ਕਿੰਨੀਆਂ ਸੋਹਣੀਆਂ ਬਣ ਕੇ ਤਿਆਰ ਹੋਈਆਂ ਨੇ, ਪਾਕਿਸਤਾਨੀ ਆਪਾਂ ਨੇ ਬਾਂਹ ਰੱਖੀ ਹੈ ਇਹਦੀ। ਕਮੀਜ਼ ਆਪਣਾ ਬਣ ਕੇ ਤਿਆਰ ਹੋ ਗਿਆ, ਘੇਰਾ ਆਪਾਂ ਨੇ ਕਰ ਲਿਆ, ਦੇਖੋ ਕਿੰਨੀ ਸੋਹਣੀ ਲੱਗਦੀ ਹੈ ਬੈਲ ਸਟਾਈਲ ਬਾਂਹ ਹੈ ਨਾ ਬਣੀ ਹੋਈ। ਇਹਨੂੰ ਜਿਹੜਾ ਹੈਗਾ ਪਾਕਿਸਤਾਨੀ ਬਾਂਹ ਵੀ ਕਹਿੰਦੇ ਆ। ਘੇਰਾ ਵੀ ਹੋ ਗਿਆ, ਹਜੇ ਜਿਹੜੀ ਹੈਗੀ ਪ੍ਰੈੱਸ ਵਗੈਰਾ ਹੋਣੀ ਹੈ ਕਿਉਂਕਿ ਹਜੇ ਘੇਰੇ ਮੋੜਨ ਵਾਲੇ ਆ ਹੈ ਨਾ, ਫਿਰ ਤਰਪਾਈ ਹੋ ਕੇ ਬੜਾ ਵਧੀਆ ਲੱਗੂ। ਦੇਖੋ ਉੱਪਰਲੀ ਲੈਸ ਵੀ ਬਹੁਤ ਸੋਹਣੀ ਲੱਗਦੀ ਹੈ ਲੱਗੀ ਹੋਈ, ਨੀਚੇ ਵਾਲੀ ਵੀ ਪਿੰਟੈਕਸ ਵੀ ਪਾਏ ਹੋਏ। ਕਮੀਜ਼ 'ਤੇ ਆਪਾਂ ਨੇ ਹਜੇ ਤਰਪਾਈਆਂ ਵਗੈਰਾ ਹੋਣੀਆਂ ਨੇ ਇਹਦੀਆਂ, ਫਿਰ ਜਦੋਂ ਦੇਖੋ ਬਹੁਤ ਸੋਹਣਾ ਲੱਗਦਾ ਸੂਟ। ਸਿੰਪਲ ਜਿਹਾ ਡਿਜ਼ਾਇਨ ਤੁਸੀਂ 1 ਲੈਸ ਵੀ ਲਾ ਸਕਦੇ ਹੋ, 2 ਵੀ ਲਾ ਸਕਦੇ ਹੋ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਜਿੱਦਾਂ ਮਰਜ਼ੀ ਤਿਆਰ ਕਰ ਸਕਦੇ ਹੋ। ਚਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।